ਆਪ ਦੇ ਆਗੂ ਵੀ ਹੁਣ ਬਦਮਾਸ਼ਾਂ ਤੋਂ ਸੁਰੱਖਿਅਤ ਨਹੀਂ ਰਹੇ। ਜਦੋਂ ਬਦਮਾਸ਼ਾਂ ਨੇ ਆਪ ਆਗੂ ਕੁਲਦੀਪ ਸਿੰਘ ਦੀ ਦੁਕਾਨ ਤੇ ਪਹੁੰਚ ਕੇ ਹਮਲਾ ਕਰ ਦਿੱਤਾ। ਇਹਨਾਂ ਨੌਜਵਾਨਾਂ ਨੇ ਸ਼ਰਾਬ ਦਾ ਸੇਵਨ ਕੀਤਾ ਹੋਇਆ ਸੀ, ਜਿਨ੍ਹਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਘਟਨਾ ਬਟਾਲਾ ਦੇ ਅਧੀਨ ਪੈਂਦੇ ਕਸਬਾ ਫਤਿਹਗੜ੍ਹ ਚੂੜੀਆਂ ਦੀ ਮੱਛੀ ਮਾਰਕੀਟ ਤੋਂ ਸਾਹਮਣੇ ਆਈ ਹੈ, ਜਦੋਂ ਸ਼ਰਾਬੀ ਨੌਜਵਾਨਾਂ ਨੇ ਮਾਮੂਲੀ ਜਿਹੀ ਗੱਲਬਾਤ ਨੂੰ ਲੈ ਕੇ ਆਪ ਆਗੂ ਕੁਲਦੀਪ ਸਿੰਘ ਦੀ ਇਲੈਕਟ੍ਰੋਨਿਕਸ ਦੀ ਦੁਕਾਨ ਤੇ ਹਮਲਾ ਕਰ ਦਿੱਤਾ ਅਤੇ ਬਾਅਦ ਦੇ ਵਿੱਚ ਪਰਿਵਾਰ ਤੇ ਵੀ ਇੱਟਾਂ, ਪੱਥਰ ਅਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ 'ਚ ਆਪ ਆਗੂ ਦੇ ਭਰਾ ਅਤੇ ਮਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਇੱਕ ਨੌਜਵਾਨ ਦਾ ਸਿਰ ਵੀ ਇਨ੍ਹਾਂ ਬਦਮਾਸ਼ਾਂ ਨੇ ਪਾੜ ਦਿੱਤਾ। ਇਸ ਹਮਲੇ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹ ਦਰਜਨਾਂ ਬਦਮਾਸ਼ ਪਰਿਵਾਰ ਨੂੰ ਕੁੱਟਦੇ ਹੋਏ ਨਜ਼ਰ ਆਉਂਦੇ ਨੇ। ਇਸ ਵਾਰਦਾਤ ਤੋਂ ਬਾਅਦ ਪੁਲਿਸ ਨੇ ਵੀ ਤੇਜ਼ੀ ਦਿਖਾਉਂਦੇ ਹੋਏ ਹਮਲਾਵਰ ਨੌਜਵਾਨਾਂ ਵਿੱਚੋਂ 4 ਨੌਜਵਾਨਾਂ ਨੂੰ ਕਾਬੂ ਕਰ ਲਿਆ ਤੇ ਨੌਜਵਾਨਾਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਆਪ ਆਗੂ ਕੁਲਦੀਪ ਸਿੰਘ ਅਤੇ ਉਸਦਾ ਭਰਾ ਅਤੇ ਮਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ ਤੇ ਮੁਲਜ਼ਮਾਂ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉੱਥੇ ਜ਼ਖਮੀਆਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਇਹੋ ਗੱਲ ਵੀ 4 ਜਣੇ ਫਿਰ ਖਲੋਤੇ ਸੀ ਬੂਹੇ ਗਾੜੀ, ਮੈਂ ਇਹਨਾਂ ਨੂੰ ਕੁਛ ਨਹੀਂ ਆਖਿਆ, ਮੈਂ ਬੂਹਾ ਟੋਕ ਕੇ ਅੰਦਰ ਚੜ ਗਈ। ਮੁੜ ਕੇ 10 ਮਿੰਟਾਂ ਬਾਅਦ ਇਹ ਨਾਲ ਕੇ ਮੁੰਡੇ ਦੇ ਗੱਲ ਪੈ ਗਏ ਨੇ, ਫਿਰ ਉਹਨਾਂ ਵਿੱਚ ਉਹਨਾਂ ਨੂੰ ਹੱਥੋਂ ਪਾਈ ਕੀਤੇ ਢਾਇਆ ਵੀ ਆ। ਮੁੜ ਕੇ ਫਿਰ ਇਹ ਨਹੀਂ ਟਲੇ ਤੇ ਫਿਰ 4 ਫੋਨ ਕਰਕੇ ਮੁੰਡੇ ਸੱਦ ਲਏ ਹੋਰ, ਉਹਨਾਂ ਆਣ ਕੇ ਹੱਥੋਂ ਪਾਈ ਹੋ ਗਈ। ਇਹਨਾਂ ਚਲੋ ਮਾਰੀਆਂ ਦੋ ਉਹਨੇ ਮਰਵਾਈਆਂ, ਫਿਰ ਹੋਣੀਆਂ ਚਲੋ ਘੁੰਡਾ ਵੀ ਕੌਣ ਹੋਣੇ ਮੁੰਡੇ, ਇਹਨਾਂ ਨੂੰ ਪਤਾ ਮੁੰਡੇ ਕੌਣ ਆ? ਇਹ ਤੁਹਾਡੇ ਬੇਟੇ ਆ ਨਾ? ਹੋਈ ਮੇਰੇ ਬੇਟੇ ਨਾਲ ਦੁਕਾਨ ਹੈ, ਤੁਹਾਡੀ ਦੁਕਾਨ ਤੋੜ ਜਾਣੀ, ਮੈਂ ਤੁਹਾਡੀ ਮਰਜ਼ੀ, ਮੈਂ ਹੱਥ ਜੋੜ ਦੇਣੀ ਵੀ ਸਵੇਰੇ ਪੁੱਤ ਆਣ ਕੇ ਗੱਲ ਕਰਿਓ, ਸੋਫੀ ਹੋ ਗਿਆ ਸ਼ਰਾਬੀ ਹੋਏ ਗੱਲ ਨਹੀਂ ਕਰਨੀ ਹੁੰਦੀ ਕੋਈ ਵੀ, ਤੇ ਆਣ ਕੇ ਗੱਲ ਪੈ ਗਈ ਉਹਨਾਂ ਦੇ ਮੁੰਡੇ ਮੇਰੇ ਦੀ ਪੱਗ ਲਾ ਕੇ ਨੌਡੀ ਦੂਰ ਸੁੱਟੀ ਆ ਤੇ ਹੁਣ ਸੱਟਾਂ ਲੱਗੀਆਂ, ਨਿੱਕੇ ਨੂੰ ਸੱਟ ਲੱਗੀ, ਇੱਕ ਤਾਂ ਬਹੁਤਾ ਸਿਰ ਪਾੜਿਆ, ਉਹ ਮੁੰਡਾ ਪਿੰਡੀ ਦਾ ਸਾਡੇ ਨਾਲੇ ਵੀ ਕੰਮ ਕਰਦਾ ਦੁਕਾਨ ਤੇ। ਤੇ ਪੁਲਿਸ ਨੂੰ ਨਹੀਂ ਦੱਸਿਆ? ਪੁਲਿਸ ਨੂੰ ਦੱਸਿਆ, ਮੁੜ ਕੇ ਜਦੋਂ ਆਈ ਫਿਰ ਭੱਜ ਗਈ ਅੱਗੇ ਲਾ ਕੇ, ਉੱਥੋਂ ਜਾ ਕੇ ਫੜੇ ਮੱਛੀ ਮੰਡੀ ਨੂੰ ਤੇ ਜਾ, ਤਿੰਨ ਜਣੇ ਇੱਥੋਂ ਫੜੇ, ਤਿੰਨ ਇਹਨੂੰ ਭੱਜ ਗਏ। ਕਿੰਨੇ ਜਣੇ ਆਏ ਇਹ? ਤੇ ਇਹਦੇ ਤੱਕ 10-12 ਜਣੇ ਹੀ ਜੇ। ਅੱਛਾ, ਤੇ ਹਥਿਆਰ ਹੀ ਉਹਨਾਂ ਕੋਲ? ਨਾ ਨਾ, ਹਥਿਆਰ ਨਹੀਂ, ਆਗੇ ਛੋਟੇ ਸਾਡੇ ਇੱਟਾਂ ਉੱਟਾਂ ਹੀ ਫੜੀਆਂ ਸੀ ਤੇ ਗਾਲਾਂ ਉਹਨਾਂ ਉਹ ਕੱਢੀਆਂ ਜਿਹੜੀਆਂ ਨਹੀਂ ਰਹਿ ਰੱਬ ਦਾ ਨਾਂ, ਇੰਨਾ ਗੰਦ ਤੋਲ ਕੇ ਅੱਗੇ ਜਿਹੜਾ ਸਾਫ਼ ਪਈ ਹੈਗਾ। ਗੱਲ ਇਹ ਹੈਗੀ ਵੀ ਸਮਾਨ ਸਮੂਨ ਖੜਦਾ ਸੀ ਮੁੰਡਾ ਤੇ ਰੱਜੇ ਵਿਸ਼ਰਾਮ ਕਹਿੰਦਾ ਵੀ ਸਮਾਨ ਤੁਸੀਂ ਕਿੱਥੋਂ ਦਾ ਗੱਲ ਕਰਦੇ ਹੋ? ਮੈਂ ਅੱਡੇ ਦੀ ਦੁਕਾਨ ਹੈ, ਆਪਣੀ ਮਰਜ਼ੀ ਨਾਲ ਸਮਾਨ ਵੇਚਣਾ। ਕਿੱਥੋਂ ਦਾ? ਕਿਲੇ ਦਾ ਮੁੰਡਾ। ਅੱਛਾ, ਉਹਦਾ ਕੈਂਡੀਆਂ ਕੁੰਡੀਆਂ ਦਾ ਕੰਮ ਕਰਦਾ, ਕੰਪਨੀ 'ਚ ਲੱਗਾ ਵਾ ਤੇ ਅੱਜ ਸਾਹਮਣੇ ਉਹ ਬਿੱਟੂ ਦਾ ਹੱਥ ਆ ਸਾਹਮਣੇ, ਉੱਥੇ ਬੈਗ ਪੈਗ ਲਾਉਂਦੇ, ਇੱਕ ਬੈਗ ਲਾ ਕੇ ਫਿਰ ਮੇਰੇ ਕੋਲ ਆ ਜਾਂਦਾ ਸੀ, ਫਿਰ ਇੱਕ ਬੈਗ ਲਾ ਕੇ ਮੇਰੇ ਕੋਲ ਆ ਜਾਂਦਾ, ਜਿਵੇਂ ਨਾ ਜਾਂਦਾ ਗਾ ਜਾਂਦਾ, ਇਹ ਤਾਂ ਬਹੁਤੇ ਰੱਜੇ ਫਿਰ ਗੱਲ ਕਰ ਰਿਹਾ। ਮੈਂ ਮੁੰਡੇ ਸਾਹ ਦੇ 20-25 ਅਤੇ ਉਹਨਾਂ 2 ਜਣੇ ਸੀ, 4 ਜਣੇ ਵੀਹ ਪੰਜੀ ਵਾਲੀ ਨੂੰ ਆ ਕੇ ਗੱਲ ਕਰ ਸੱਟਾਂ ਲਾ ਗਈਆਂ, ਦੁਕਾਨ ਵੀ ਭਾਣੇ ਤੋੜ ਦਿੱਤੀ ਹੈ। ਅਤੇ ਸਰ ਦੁਕਾਨ 'ਤੇ ਲਾ ਕੇ ਸਾਹਮਣੇ ਸ਼ੱਕ ਸ਼ੱਕ ਡੇ ਲਾਉਣ ਦੁਕਾਨ 'ਚ ਬਹਿ ਕੇ ਕੌਣ ਮੁੰਡੇ ਕਿਲੇ 2 ਵਜੇ ਅਤੇ ਇਹ ਆਣ ਕੇ ਛੋਟੇ ਗੱਲ ਪੈ ਗਏ, ਮੈਂ ਬਾਹਰ ਕੰਮ ਕਰਨ ਦਾ ਪਤਾ ਲੱਗਿਆ ਮੈਂ ਆਇਆ ਫਿਰ ਮੇਰੇ ਗੱਲ ਪੈ ਗਏ ਅਤੇ ਘਰ ਦੇ ਗੱਲ 20-25 ਜਣੇ ਇਕੱਠੇ ਹੋ ਗਏ ਅਤੇ ਦੁਕਾਨ ਦੀ ਭਾਣ ਤੋੜ ਦਿੱਤੀ ਇਹਨਾਂ ਨੇ ਅਤੇ ਨਾਲ ਜੋ ਗਾਲੀ ਰੋਜ਼ ਸਾਰੀਆਂ ਵੀਡੀਓ ਰਿਕਾਰਡ ਆਪਣੇ ਘਰ ਗਈਆਂ ਜੋ ਚੌਂਕ ਜਰੌਲ ਤੋਂ ਪਵਾਇਆ ਸਾਰਾ ਹੀ। ਕਿਹੜੀ ਗੱਲੋਂ ਪਏ? ਇਹ ਉੱਦਾਂ ਹੀ ਸਮਾਨ ਤੋਂ ਹੀ ਗੱਲਬਾਤ ਹੋਈ ਕੱਲ੍ਹ ਦਿਨ ਤੋਂ ਹੀ ਅਤੇ ਬਾਈ ਪੈਗ ਸ਼ੈਗ ਲਾ ਕੇ ਮਿੰਟਲ ਬਾਰ ਆ ਜਾਂਦੇ ਸੀ ਸਾਹਮਣੇ ਦੁਕਾਨ 'ਤੇ, ਰਾਜੀ ਕੋਈ ਦੁਕਾਨ ਤੋਂ। ਕਿੰਨੇ ਜਣੇ? ਇਹ ਤੇਰਾਂ 2-3 ਜਣੇ ਫਿਰ ਹੋ ਰਹੇ, 4-5 ਜਣੇ ਕਰਦੇ, 20-25 ਜਣੇ ਹੋ ਗਏ। ਅੱਛਾ, ਅਤੇ ਅਸੀਂ ਤੁਹਾਨੂੰ ਕਿਹਨੂੰ ਕਿਹਨੂੰ ਸੱਟਾਂ ਲੱਗੀਆਂ? ਸਾਨੂੰ ਇੱਕ ਦੋ, ਇੱਕ ਬੜਾ ਛੋਟਾ ਮੇਰਾ ਮਨੀਪ ਅਤੇ ਇੱਕ ਮੁੰਡਾ ਦਾ ਯਾਰ ਦੋਸਤ ਸੁੱਭਲ ਪਿੰਡੀ ਦਾ, ਉਹਨੂੰ ਹਾਂਜੀ ਇੱਕ ਨਾਮ ਮੇਰਾ ਕੰਮ ਦੁਕਾਨ 'ਤੇ। ਪੁਲਿਸ ਨੂੰ ਕੀਤਾ ਸੀ? ਹਾਂਜੀ, ਪੁਲਿਸ ਆਈ ਆ ਅਤੇ ਹੁਣ ਅਸੀਂ ਚਾਹੁੰਦੇ ਹਾਂ ਵੀ ਕਰ ਲਈ ਹੋਵੇ।